ਟਵਿੱਟਰ ਚ ਚਿੰਦਾ ਅੱਜ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਕੱਲ ਵਾਲਾ ਵਲੌਗ ਜਸਟ ਹੁਣ ਜੇ ਮੈਂ ਐਂਡ ਕੀਤਾ, ਤੇ ਆਹੀ ਚੀਜ਼ ਵਿਖਾਉਣ ਦਿਆ ਸੀ ਉਹਦੇ ਵਿੱਚ ਵੀ ਕਿ ਆਹ ਜਗਾੜ ਆਪਾਂ ਤਿਆਰ ਕਰ ਲਿਆ, ਤੇ ਹੁਣ ਇਸ ਤੋਂ ਬਾਅਦ ਇਹਦੀ ਫਿਟਿੰਗ 'ਤੇ ਕੰਮ ਕਰਨਾ। ਆਪਦੇ ਲਓ ਤੇ ਮੈਂ ਚੀਜ਼ ਬਣਾਈ ਫੁੱਲ ਮਜ਼ਬੂਤ, ਫੁੱਲ ਹੈਵੀ, ਠੀਕ ਹੈ ਵੀ ਸਨ ਬੋਰਡ ਨਾਲੋਂ ਜ਼ਿਆਦਾ ਵੇਟ ਚੱਕ ਸਕਦੀ ਹੈ। ਕਿ ਇਹਨੂੰ ਮੈਂ ਇਸ ਤਰੀਕੇ ਦਾ ਬਣਾਇਆ ਕਿ ਜੇ ਆਪਾਂ ਇਹਨੂੰ ਟਰਾਲੇ ਨੂੰ ਫੁੱਲ ਮਿੱਟੀ ਨਾਲ ਵੀ ਭਰ ਦਿੰਦੇ ਹਾਂ ਨਾ, ਤਾਂ ਸਨ ਬੋਰਡ ਟੁੱਟ ਜੂਗੀ, ਪਰ ਆਹ ਜਿਹੜਾ ਸਿਸਟਮ ਹੈ ਇਹ ਬੈਂਡ ਨਹੀਂ ਹੁੰਦਾ ਬਿਲਕੁਲ ਹੀ, ਠੀਕ ਹੈ। ਇੰਨਾ ਪਾਵਰਫੁੱਲ ਮੈਂ ਬਣਾਇਆ ਹੈ। ਇੱਥੇ ਦੇ ਕੁਛ ਪਾਰਟ ਜਿਹੜੇ ਨੇ ਉਹ ਮੈਂ ਡਿਜ਼ਾਇਨ ਕਰਕੇ ਪ੍ਰਿੰਟ ਕਰਨੇ ਲਾਏ ਹੋਏ ਨੇ। ਆਹ ਦੇਖੋ ਪ੍ਰਿੰਟਰ ਚੱਲਣ ਦਿਆ। ਹਜੇ ਤਾਂ ਟਰਾਲੇ 'ਤੇ ਕੰਮ ਕਾਫੀ ਹੈ ਕਰਨ ਵਾਲਾ, ਡਿਜ਼ਾਇਨ ਕਰਨ ਵਾਲਾ ਵੀ ਕਾਫੀ, ਹਜੇ ਹੁੱਕ ਵਗੈਰਾ ਸਾਰੀ ਰਹਿੰਦੀ ਹੈ ਕਰਨ ਵਾਲੀ, ਅਤੇ ਉਹ ਆਪਾਂ ਸਟੈਪ ਬਾਏ ਸਟੈਪ ਕਰ ਲਾਂਗੇ, ਉਹਦਾ ਕੋਈ ਚੱਕਰ ਨਹੀਂ ਗਾ। ਅਤੇ ਸਭ ਨਾਲੋਂ ਪਹਿਲਾਂ ਤਾਂ ਕੱਲ੍ਹ ਵਾਲਾ ਵਲੌਗ ਐਡਿਟ ਕਰਦਾ ਮੈਂ, ਐਡਿਟ ਕਰਕੇ ਉਸ ਤੋਂ ਬਾਅਦ ਆ ਸ਼ੀਟ ਏ ਇਹਦੀ ਵੀ ਕਟਿੰਗ ਵਗੈਰਾ ਕਰਨੀ ਹੈ। ਆਹ ਵੇਖੋ ਜਗਾੜ, ਅਤੇ ਇਹਦੀ ਵੀ ਵੀਡੀਓ ਸ਼ੂਟ ਸਟਾਰਟ ਕਰਨੀ ਹੈ, ਹਜੇ ਸ਼ੂਟਿੰਗ ਸਟਾਰਟ ਨਹੀਂ ਕੀਤੀ ਇਹਦੀ। ਅਤੇ ਕੈਮਰਾ ਵਗੈਰਾ ਸੈੱਟ ਕਰਦਾ ਅੱਜ ਮੈਂ, ਅਤੇ ਇਹਦੀ ਵੀ ਸ਼ੂਟਿੰਗ ਕਰਦੇ ਹਾਂ। ਪਲੱਸ 50% ਚਾਂਸ ਨੇ, ਜ਼ਿਆਦਾ ਤਾਂ ਨਹੀਂ, ਕਿ ਅੱਜ ਕੰਬਾਈਨ ਵੀ ਲੱਗ ਸਕਦੀ ਹੈ, 50-50 ਹੈ। ਅਤੇ ਬਾਕੀ ਚਲੋ ਜੋ ਵੀ ਹੋਊਗਾ ਜਿਵੇਂ ਵੀ ਹੋਊਗਾ ਤੁਹਾਨੂੰ ਇਸ ਵਲੌਗ 'ਚ ਅੱਗੇ ਪਤਾ ਲੱਗ ਜੂਗਾ। ਹਜੇ ਤਾਂ ਦਿਨ ਦੀ ਸ਼ੁਰੂਆਤ ਹੈ, ਅੱਗੇ ਅੱਗੇ ਦੇਖੋ ਹੁੰਦਾ ਹੈ ਕੀ। ਲਓ ਵੇ ਮੁੰਡਿਓ, ਕਟਿੰਗ ਵਾਲਾ ਕੰਮ ਹੋ ਗਿਆ ਡਨ, ਪ੍ਰੋਪਰ ਸ਼ੇਪ ਹੈ ਜਿਹੜੀ ਉਹ ਆਪਾਂ ਕੱਟ ਲਈ ਹੈ। ਲਓ ਵੀ ਮੁੰਡਿਓ ਆਹ ਕਰੋ ਚੈੱਕ ਤੁਸੀਂ, ਜੰਗੀ ਪੱਧਰ ਦੇ ਕੰਮ ਚੱਲਣ ਦਿਆ ਟਰਾਲੇ ਦੀ ਚੈਸੀ 'ਤੇ, ਠੀਕ ਆ। ਇੰਨੀ ਅਸੈਂਬਲ ਕਰਤੀ ਹੈ, ਇਸ ਤੋਂ ਬਾਅਦ ਮੇਨ ਇਹਦੀ ਹੁੱਕ ਅੱਗੇ ਜਿਹੜੀ ਹੈ ਉਹ ਪ੍ਰਿੰਟ ਕਰਨੀ, ਇੱਥੇ ਲਾਤੀ ਹੈ ਮੈਂ ਡਿਜ਼ਾਇਨ ਕਰਕੇ। ਅਤੇ ਦੋ ਪਾਰਟ ਨੇ ਮੇਨ ਹੁੱਕ ਦੇ, ਅਤੇ ਹੁੱਕ ਦਾ ਡਿਜ਼ਾਇਨ ਮੈਂ ਉੱਦਾਂ ਦਾ ਹੀ ਰੱਖਿਆ ਜਿਵੇਂ ਦੇ ਆਪਣੇ ਉਹ ਟਰਾਲੇ ਨੇ, ਠੀਕ ਹੈ। ਹੁੱਕ 'ਚ ਕੋਈ ਚੇਂਜਸ ਨਹੀਂ ਗੇ, ਸੇਮ ਟੂ ਸੇਮ ਉੱਦਾਂ ਦਾ ਸਾਰਾ ਕੁਛ। ਉਹ ਪਾਰਟ ਪ੍ਰਿੰਟ ਹੁੰਦੇ ਨੇ, ਉਦੋਂ ਬਾਅਦ ਮੇਨ ਹੁੱਕ ਜੋੜਨੀ ਹੈ, ਅਤੇ ਆਹ ਜਿਹੜੀ ਵਾਢੀ ਹੈ ਇਹਨੂੰ ਇਹਦੇ ਉੱਤੇ ਰੱਖ ਦੇਣਾ, ਠੀਕ ਹੈ। ਜ਼ਿਆਦਾ ਕੋਈ ਹੋਰ ਕੰਮ ਹੈ ਨਹੀਂ ਲੰਮਾ ਚੌੜਾ, ਅਤੇ ਉਸ ਦੇ ਨਾਲ ਕੈਮਰਾ ਸੈੱਟ ਕਰਕੇ ਅਤੇ ਆਪਣੇ ਇਸ ਪ੍ਰੋਜੈਕਟ 'ਤੇ ਵੀ ਕੰਮ ਅੱਗੇ ਕੰਟੀਨਿਊ ਕਰਾਂਗੇ, ਠੀਕ ਹੈ। ਲਓ ਵੀ ਮਿੱਤਰੋ, ਮੌਕੇ 'ਤੇ ਅਪਡੇਟ ਕੁਛ ਇੱਦਾਂ ਹੈ ਕਿ ਆਹ ਦੇਖੋ ਤੁਸੀਂ, ਕੱਲ੍ਹ ਵਾਲੇ ਵਲੌਗ 'ਚ ਆਪਾਂ ਵੈਸੇ ਕੀਤੀ ਸੀ ਗੱਲ ਕਿ ਇਹਦੇ 'ਤੇ ਕੰਮ ਕਰੂੰਗਾ ਮੈਂ, ਅਤੇ ਮੋਟਰਾਂ ਦੀ ਫਿਟਿੰਗ ਹੋ ਚੁੱਕੀ ਹੈ। ਪਹਿਲਾਂ ਵੀ ਮੋਟਰਾਂ ਫਿੱਟ ਕੀਤੀਆਂ ਸੀਗੀਆਂ, ਸ਼ਾਇਦ ਇਹੀ ਦੋ ਮੋਟਰਾਂ ਸੀਗੀਆਂ, ਪਰ ਨਾ ਪਿਛਲੀ ਮੋਟਰ ਜਿਹੜੀ ਆ ਇਹਨੂੰ ਮੈਂ ਦੁਬਾਰੇ ਬੰਨਿਆ ਸੀ ਵਿੱਚ 'ਚ, ਅਤੇ ਪਹਿਲਾਂ ਦੋਵਾਂ ਮੋਟਰਾਂ ਦੇ ਚੱਕਰ ਨਾ ਮੈਚ ਨਹੀਂ ਸੀ ਕਰਦੇ, ਯਾਨੀ ਇਹਦੇ ਚੱਕਰ ਥੋੜ੍ਹੇ ਸਲੋ ਸੀਗੇ। ਫਿਰ ਆਹ ਮੋਟਰ ਮੈਂ ਨਵੀਂ ਬੰਨਤੀ ਹੈ, ਅਤੇ ਹੁਣ ਇਹਨਾਂ ਦੋਵਾਂ ਦੇ ਜਿਹੜੇ ਆ ਚੱਕਰ ਪ੍ਰੋਪਰ ਮੈਚ ਕਰਦੇ ਪਏ ਨੇ, ਵਾਇਰਿੰਗ ਵਗੈਰਾ ਸਾਰਾ ਕੁਝ ਹੋ ਚੁੱਕਿਆ। ਅਤੇ ਆਪਣੀ ਸੋਲਰ ਪੈਨਲ ਵਾਲੀ ਜਿਹੜੀ ਪਾਵਰ ਸਪਲਾਈ ਉੱਥੋਂ ਹੀ ਇਹਨੂੰ ਓਪਰੇਟ ਕਰਾਂਗੇ ਆਪਾਂ, ਠੀਕ ਹੈ। ਇੱਥੋਂ ਕਨੈਕਟ ਹੋ ਜੂਗਾ ਕਨੈਕਟਰ, ਆਹ ਦੇਖੋ ਇੱਥੇ ਮੈਂ ਪੁਆਇੰਟ ਛੱਡਤਾ, ਅਤੇ ਆਹ ਇੱਥੇ ਬਟਨ ਲਾਤਾ ਥੱਲੇ, ਠੀਕ ਆ। ਅਤੇ ਆਹ ਜਿਹੜਾ ਸਿਸਟਮ ਹੈ ਇਹਨੂੰ ਮੇਜ਼ ਦੇ ਥੱਲੇ ਫਿੱਟ ਕਰ ਦਾਂਗੇ ਜਿੱਥੇ ਪਹਿਲਾਂ ਫਿੱਟ ਹੋਇਆ ਸੀਗਾ। ਅਤੇ ਇਹਨੂੰ ਔਨ ਕਰਦੇ ਹਾਂ ਸਰ, ਆਹ ਦੇਖੋ, ਠੀਕ ਹੈ, ਮੋਟਰ ਫੁੱਲ ਪਾਵਰਫੁੱਲ ਹੈ। ਆਹ ਪਹਿਲਾਂ ਵੀ ਕਟਿੰਗ ਇੱਥੇ ਕੀਤੀ ਹੈ, ਅਤੇ ਇਹ ਨਿੱਕੇ ਮੋਟੇ ਕੰਮ ਵਾਸਤੇ ਹੁੰਦਾ, ਜਿਵੇਂ ਪੀ ਵੀ ਸੀ ਕੱਟਣੀ ਹੈ, ਐਲੂਮੀਨੀਅਮ ਕੱਟਣੀ ਹੈ, ਠੀਕ ਹੈ, ਜਾਂ ਜਿਹੜਾ ਆਪਣਾ PLA ਆ ਪਲਾਸਟਿਕ ਇਹਨੂੰ ਕੱਟਣਾ, ਅਤੇ ਉਹਦੇ ਵਾਸਤੇ ਬੈਸਟ ਚੀਜ਼ ਹੈ ਸਿਰਾ ਏ। ਬਾਕੀ ਇਹਦੇ ਕਟਰ ਜਿਹੜੇ ਨੇ ਅੱਡੋ ਅੱਡ ਕਟਰ ਹੁੰਦੇ ਨੇ, ਅਤੇ ਮੌਕੇ 'ਤੇ ਮੇਰੇ ਕੋਲ ਹੈ ਨਹੀਂ ਕਟਰ, ਉਹ ਮੈਂ ਔਡਰ ਕਰਾਂਗਾ ਔਨਲਾਈਨ, ਠੀਕ ਹੈ। ਜਿੰਨੇ ਵੀ ਕਟਰ ਹੁੰਦੇ ਨੇ ਇਹਦੇ ਸਾਰੇ ਮੰਗਾ ਲੈਣੇ ਆਪਾਂ, ਅਤੇ ਆਉਣ ਵਾਲੇ ਟਾਈਮ 'ਚ ਫਿਰ ਆਹ ਯੂਜ਼ ਕਰ ਸਕਦੇ ਹਾਂ ਵਧੀਆ। ਮੌਕੇ 'ਤੇ ਜੇ ਮੌਕੇ ਦੀ ਰਿਪੋਰਟ ਹੈ, ਬਸ ਇਹਨੂੰ ਇਹਦੇ ਥੱਲੇ ਫਿੱਟ ਕਰਨਾ ਮੈਂ, ਠੀਕ ਹੈ। ਲਓ ਵੀ ਮਿੱਤਰੋ, ਮੌਕੇ 'ਤੇ ਲੇਟੈਸਟ ਅਪਡੇਟ ਕੁਛ ਇੱਦਾਂ ਹੈ ਕਿ ਆਹ ਪਾਰਟ 'ਤੇ ਹਜੇ ਪ੍ਰਿੰਟ ਹੀ ਹੋਣ ਦਿਆ, 93% ਹੋ ਗਿਆ, 7% ਰਹਿ ਗਿਆ, ਬਸ ਹੋ ਜੂ ਹੁਣੇ ਕੋਈ ਪ੍ਰਿੰਟ। ਅਤੇ ਉਸ ਦੇ ਨਾਲ ਇੱਕ ਵਾਰੀ ਕੈਮਰਾ ਹੁਣ ਚੱਕ ਦਈਏ, ਕਿਉਂਕਿ ਅੱਜ ਦਾ ਜਿੰਨਾ ਵੀ ਕੰਮ ਸੀ ਨਾ ਇਹਦੇ 'ਤੇ ਕਰਨ ਵਾਲਾ ਉਹ ਡਨ ਹੋ ਚੁੱਕਿਆ, ਇਸ ਤੋਂ ਬਾਅਦ ਜਿੰਨਾ ਵੀ ਕੰਮ ਹੋਊਗਾ ਉਹ ਆਪਾਂ ਸਵੇਰੇ ਕਰਨਾ। ਇਸ ਕਰਕੇ ਕੈਮਰਾ ਰੱਖ ਦਿੰਦੇ ਆਪਾਂ ਆਪਣੇ ਬੈਗ 'ਚ ਵਾਪਸ, ਅਤੇ ਉਸ ਦੇ ਨਾਲ ਆਹ ਦੇਖੋ ਮੈਂ ਸੁਹਾਗਾ ਲੈ ਕੇ ਆਇਆ, ਆਪਣਾ ਪੁਰਾਣਾ ਸੁਹਾਗਾ। ਪਹਿਲਾਂ ਤਾਂ ਮੇਰਾ ਪਲੈਨ ਸੀ ਕਿ ਨਵਾਂ ਬਣਾਉਂਦੇ ਹਾਂ, ਪਰ ਆਹ ਵੀ ਸੁਹਾਗਾ ਵੇਖਣ 'ਚ ਸਹੀ ਹੈ, ਬਸ ਥੋੜ੍ਹੀ ਸੈਟਿੰਗ ਹੋਣ ਵਾਲੀ ਹੈ, ਚੈਣਾ ਚੂਣਾ ਜੀਆਂ ਸੈੱਟ ਕਰਕੇ ਸੰਗਲ ਪਾ ਕੇ, ਅਤੇ ਜਮ੍ਹਾਂ ਓਕੇ ਦੀ ਰਿਪੋਰਟ ਹੈ। ਅਤੇ ਉਸ ਦੇ ਨਾਲ ਆ ਹੱਲਾਂ ਬਾਹਰ ਪਈਆਂ ਸੀ ਆਪਣੇ ਵੱਡੇ ਟਰੈਕਟਰ ਦੀਆਂ, ਅਤੇ ਇਹਦੇ ਨਾਲ ਵੀ ਮੈਂ ਕੁਛ ਕਰਨ ਦਾ ਸੋਚਣ ਦਿਆ ਵਾਂ, ਉਹ ਤੁਹਾਨੂੰ ਮੈਂ ਅੱਗੇ ਦੱਸਾਂਗਾ, ਠੀਕ ਹੈ, ਜਦੋਂ ਮੱਥਾ ਮਾਰਾਂਗੇ ਇਹਦੇ 'ਤੇ। ਅਤੇ ਮੌਕੇ 'ਤੇ ਮੇਰਾ ਪਲੈਨ ਹੈ ਐਲਾਂ ਵਾ ਜਾਣ ਦਾ, ਇੱਕ ਤਾਂ ਆਪਣੇ ਪਾਰਸਲ ਆਏ ਹੋਏ ਨੇ ਉਹ ਲੈ ਕੇ ਆਉਣੇ ਆ, 4-5 ਦਿਨ ਹੋ ਗਏ ਪਾਰਸਲ ਆਇਆ ਨੂੰ, ਉਹ ਲੈ ਕੇ ਆਉਂਦੇ ਹਾਂ। ਅਤੇ ਹੋਰ ਨਿੱਕਾ ਮੋਟਾ ਕੰਮ ਹੈ, ਆਪਣੇ ਝੋਟੇ ਵਾਸਤੇ ਪੇਂਟ ਵੀ ਲੈ ਕੇ ਆਉਣਾ, ਅਰਜਨ ਵਾਸਤੇ ਵੀ ਥੋੜ੍ਹਾ ਸਮਾਨ ਲੈ ਕੇ ਆਉਣਾ, ਅਤੇ ਇਹ ਕੰਮ ਨਿਬੇੜਦੇ ਹਾਂ। ਆਹ ਪ੍ਰਿੰਟ ਹੋ ਜਾਂਦਾ, ਇਹਨੂੰ ਬੰਦ ਕਰਕੇ ਪ੍ਰਿੰਟਰ ਨੂੰ, ਤਾਂ ਫਿਰ ਚੱਲਦੇ ਹਾਂ ਆਪਾਂ। 2000 years later. ਲਓ ਵੀ ਮੁੰਡਿਓ, ਆ ਗਿਆ ਆਪਾਂ ਵਾਪਸ ਐਲਾਂਬਾਦ ਤੋਂ, ਅਤੇ ਆਹ ਦੇਖੋ ਆਪਣਾ ਜਾਦੂ ਦਾ ਪਿਟਾਰਾ,
एक एक करके कढ़ते हैं समान। आप सामने लो पहला आ देखो आज अपने अर्जन की बैल्ट नंबर टू से अपने झोटे वास्ते पेंट रैड संजुकी रैड लैके आया मैं ठीक है। आज एक पार्सल जिहड़ा गया है एमेजोन तो इन हुणे को कर दे आपां अनबॉक्स। एक होर चीज़ है शायद यार लो भी आ देखो एक तो मैं वायर लैके आया वा क्योंकि ना वायर खत्म हो गई सी तो अपनी ड्रिल च वैसे आ देखो इतने मैं वायर यूज़ की है तो इन्हें जो माइनस प्लस की कन्फ्यूजन हो जाती है इस करके आप हम अड्डो अड कलर की तार लैके आया होर एक एम एम वाली तार है ठीक है। ये खत्म हो पई सी मैं चल लै चलते हैं तो उस तो इलावा आ जड़े शू ने एक तो जिदा टुट गए ने उत्तों नंगे ने बिलकुल ही कई बार गलती नाल हाथ पैर लग जाता या बिल्ली इतने तुरी फिरती है गलती नाल उनका पैर लग सकता इस करके मैं नवे लैके आया वा इन्हें चु भी एक अद्धा खराब होया पाया इस करके मैं दो एक्सट्रा ही लैके आया वा ये देखते हैं सवेरे आप चेंज करा ठीक है। तो उस तो इलावा होर की रह गया होर तो ज़्यादा कुछ नहीं मेरे हिसाब ना हैगा वो हजे मेन समान तो आ रहा हाँ आ जिहड़ा वाल है अपने अर्जन का जिहड़ा पंप चो तेल वापसी वाला वाल हुंदा ना अर्जन का खराब हो गया सीगा तो आ नवा लेके आया वाल हुण मैं पहला माइको कंपनी का सीगा तो माइको वाला तो मेरे हिसाब नाल दो महीनों ही खराब हो गया हालांकि सब नूं वधिया दस दे कंपनी पर वो खराब हो गया तो हुण आ लेके आया देसी जिहा इहनू ला के देखांगे ये किन्ना चिर कटद है ठीक है। तो थोड़िया जी थिमल ने कम आ जा जिमें उदन पी तो आप होरन पर ला लिया इस करके भी मैं थोड़िया जी एक्सट्रा लै आया वा जरूरत पी रही है इन्हों की तो रख्या जा हूँ नट इन इतने रख देना सवेरे कसांगे अपने ट्रैक्टर से लो भी मुंडियो हाँ चैक करो सौनों पहला तो वरमे अड्डो अड्ड साइज वरमे लैके आया मैं जेडे कि बहुत महंगे पेंदे आ निका निका वर्मा एक वर्मा तो मैंने चलो तीह पैंती चाली रुपया तक का तो आ सब ना ज़्यादा टुटते वर्मे इस करके इनकी मैं पूरी डब्बी चक ली ठीक है। डब्बी मतलब पैकेट पूरा अपने बॉक्स का आ जोड़ा उतला पोर्शन है ना सारा वर्मे ही भरया देखो आ डब्बी के बच्चे वर्मे ही वर्मे ने वैसे तो है वर्मे पर ना आ खत्म हो गए थे आ वर्मे टुट गए से सारे ही इस तो छोटे वर्मे है हाँ इस तो छोटे है चलो कोई चक्कर नहीं। तो डब्बे दे विच की आया आ देख लो आया जे डब्बे दे विच दो स्क्रू ड्राइवर ठीक है मुंडो आए जे स्क्रू ड्राइवर तो जेडे काम लई आपां मंगवाए सीगे वैसे तो कम हो चुके मौके से तो अपने कबोटा च जिहड़ा सिस्टम एडजस्टेबल लाउणा सी ओह लग चुका तो हुण मेरा प्लैन बन दिया है कि इन्हां चों ना एक मैं स्क्रू ड्राइवर रख लेना वा एक रिटर्न ते ला देना वा ठीक है क्योंकि आ एक का प्राइस ना लगभग 180-90 दे लागे तक गया एक का तो आप जिहड़ा यूज़ किया हुण तां तोड़ के सुट्टता तो उन्हां मेरे एरिए 70-80 रुपए का एक पीस मिल जाता तो उन्दे विच मेरे हिसाब नाल इस तो ज़्यादा समान हैगा यूज़ करन वाला तो इस करके मैं सोचण दिया वा बाकी 50-50 हुई है जो मूड बन गया करांगा तो जे ना बनया तो हो सकता मैं रख भी लव बाकी मेरे हिसाब ना तो की रिटर्न करना इनू है ना कितना कितने यूज कर ही लाँगे कैंसल रिटर्न करना कैंसल करता पा इनू रखा एक डब्बे इदा ही रख देने एक डब्बे खोल लेने आप ठीक है। एक डब्बे कितने रखिए इनू इतने रखिए इन ओके आनू हूँ एक मैं खोल लेना वा ठीक है। तो उस दे नाल ही मौके पर मैं काम करदा अपने ट्राले ते ट्राला अपना वैसे तो कंप्लीट असैम्बल नहीं मैं करना जिहड़ी बॉडी है ना वो सवेरे लावांगे इहदे उत्ते ठीक है। बाकी सारा जिन्ना भी ट्राला हैगा ना वो वर्किंग च कर लैना मैं चलो हुण मैं काम शुरू करदा जंगी पद्धर ते इहदे ते मेरे हिसाब नाल हुण तुहानूं मैं ट्राला कंप्लीट करके मिलांगा कंप्लीट मतलब इहदी सारी चैसी तैयार करके ठीक है। बैल्ट नूं वापस बैग च पा दईए सवेरे पावांगे ट्रैक्टर नूं इत्थे रहि मेरे कोल ते बाकी सब ओके दी रिपोर्ट है। लो भी मुंडियो आ देखो तुसीं करो चैक अपने कलैक्शन दा सब नालों वड्डा ट्राला जिहड़ा कि हजे कंप्लीट होया नहीं पर बहुत जल्दी हो जाऊगा लंबाई देखो तुसीं ये तुसीं मन के चलो कि जिवें इस कैटेगरी च जे देखिए भी जिवें 18 फुटा ट्राला हुंदा है 22 फुटा हुंदा है 24 फुटा हुंदा है एक 32 फुटा भी हुंदा है
ਆ ਮੈਨੂੰ ਲੱਗਦਾ ਬੱਤੀ ਨਾਲ ਵੀ ਟੱਪਿਆ ਇਹ ਕੋਈ 35-40 ਫੁੱਟ ਟਰਾਲਾ ਹੋਊਗਾ ਆਰਾਮ ਨਾਲ ਸਭ ਨਾਲੋਂ ਤਕੜਾ ਕਲੈਕਸ਼ਨ ਦਾ ਟਰਾਲਾ ਰੇਡੀ ਹੋ ਰਿਹਾ ਵੈਸੇ ਤਾਂ ਪਹਿਲਾਂ ਹੀ ਰੇਡੀ ਸੀ ਪਰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਰੇਡੀ ਹੋ ਰਿਹਾ ਹੈਵੀ ਚੈਸੀ 'ਚ ਠੀਕ ਹੈ ਨਾਲੇ ਐਡਜਸਟੇਬਲ ਐਕਸਲ ਜਿਹੜਾ ਪਹਿਲਾਂ ਵਾਲਾ ਡਿਜ਼ਾਈਨ ਸੀ ਨਾ ਉਹਦੇ 'ਚ ਕਾਫੀ ਪ੍ਰੋਬਲਮ ਹੁੰਦੀ ਸੀਗੀ ਹਾਲਾਂਕਿ ਉਹਦੇ ਵਿੱਚ ਆਪਾਂ ਕਦੇ ਜ਼ਿਆਦਾ ਮਿੱਟੀ ਜ਼ਿਆਦਾ ਛੱਡੋ ਮਿੱਟੀ 'ਤੇ ਪਾਈ ਨਹੀਂ ਬਿੱਲ ਖੋਲੀ ਸਿਰਫ ਟਰੈਕਟਰ ਲੱਦਦੇ ਸੀਗੇ ਅਤੇ ਜਦੋਂ ਟਰੈਕਟਰ ਲੱਦਦੇ ਸੀ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ ਜਦੋਂ ਅੱਗੋਂ ਜਿਵੇਂ ਥੋੜ੍ਹਾ ਜਿਹਾ ਉੱਚਾ ਥਾਂ ਹੁੰਦਾ ਸੀਗਾ ਅਤੇ ਟਾਇਰ ਲੱਗ ਜਾਂਦੇ ਸੀ ਨਾਲ ਕਿਉਂਕਿ ਜੇ ਅਗਲੇ ਟਾਇਰ ਉਹਦੇ ਉੱਤੇ ਚੜ੍ਹਦੇ ਸੀ ਨਾ ਅਤੇ ਪਿਛਲੇ ਟਾਇਰ ਇੱਦਾਂ ਹਵਾ 'ਚ ਹੋ ਜਾਂਦੇ ਸੀ ਅਤੇ ਟਰੈਕਟਰ ਦਾ ਵੀ ਜ਼ੋਰ ਬਹੁਤ ਜ਼ਿਆਦਾ ਲੱਗਦਾ ਸੀ ਹੁਣ ਐਡਜਸਟੇਬਲ ਐਕਸਲ ਆ ਗਿਆ ਵੀ ਪਹਿਲਾ ਟਾਇਰ ਇੱਦਾਂ ਚੜ੍ਹੂਗਾ ਉੱਤੇ ਮਗਰ ਦੂਜਾ ਟਾਇਰ ਚੜ੍ਹ ਜੂਗਾ ਇਹਦੇ ਨਾਲ ਬਹੁਤ ਜ਼ਿਆਦਾ ਬੈਨੀਫਿਟ ਆਪਣੇ ਟਰੈਕਟਰ ਨੂੰ ਠੀਕ ਹੈ ਬਾਕੀ ਚਲੋ ਕੰਮ ਲਗਭਗ ਰੈਡੀ ਹੋ ਚੁੱਕਿਆ ਬਸ ਮੇਨ ਆ ਬਾਡੀ ਰੱਖਣੀ ਇਹਦੇ ਉੱਤੇ ਅਤੇ ਉਦੋਂ ਬਾਅਦ ਟਰਾਲਾ ਆਪਣਾ ਰੇਡੀ ਹੈ ਆਹ ਦੇਖੋ ਇੱਦਾਂ ਬਾਡੀ ਫਿੱਟ ਹੋ ਜਾਣੀ ਹੈ ਜਮਾਂ ਓਕੇ ਦੀ ਰਿਪੋਰਟ ਹੈ ਠੀਕ ਹੈ ਵੈਸੇ ਬਾਡੀ ਦੇ ਵਿੱਚ ਕੋਈ ਜ਼ਿਆਦਾ ਲੰਮਾ ਚੌੜਾ ਕੰਮ ਵੀ ਹੈ ਨਹੀਂ ਗਾ ਜੇ ਨਟ ਕੱਸਣੇ ਹੋਏ ਤਾਂ ਕੱਸ ਲਾਂਗੇ ਜੇ ਨਹੀਂ ਵੀ ਕੱਸਣੇ ਤਾਂ ਵੀ ਕੋਈ ਚੱਕਰ ਨਹੀਂ ਗਾ ਠੀਕ ਹੈ ਮੁੱਕ ਦੀ ਗੱਲ ਇੱਥੇ ਹੈ ਕਿ ਮੌਕੇ 'ਤੇ ਟਰਾਲਾ ਆਪਣਾ ਬਿਲਕੁਲ ਰੇਡੀ ਹੈ ਹੁਣ ਵੀ ਆਪਾਂ ਯੂਜ਼ ਕਰ ਸਕਦੇ ਹਾਂ ਜੇ ਵੀਡੀਓ ਵਗੈਰਾ ਸ਼ੂਟ ਕਰਨੀ ਹੋਵੇ ਤਾਂ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਗੀ ਬਾਕੀ ਮਜ਼ਬੂਤੀ ਆ ਤਾਂ ਮੈਂ ਸੋਚਣ ਦਿਆਂ ਕਿ ਸਾਈਡਾਂ 'ਤੇ ਨਾ ਹੋਰ ਥੋੜ੍ਹੀਆਂ ਜਿਹੀਆਂ ਸਪੋਟਾਂ ਲਾ ਦੇਵਾਂ ਇਹਦੇ ਵਿੱਚ ਬਾਕੀ ਜੇ ਇਹਦੇ 'ਤੇ ਲਿਫਟ ਲਾ ਦਈਏ ਤਾਂ ਇੰਨਾ ਤਾਂ ਚੱਕਿਆ ਜਾਊਗਾ ਟਰਾਲਾ ਪਰ ਲਿਫਟ ਵਾਲਾ ਕੰਮ ਇਹਦੇ 'ਤੇ ਬਣਨਾ ਨਹੀਂ ਅਸਲ 'ਚ ਕਿਉਂਕਿ ਜੇ ਲਿਫਟ ਲਾਉਂਦੇ ਹਾਂ ਨਾ ਫਿਰ ਸਨ ਬੋਰਡ ਵਾਲਾ ਜਿਹੜਾ ਪਲੇਟਫਾਰਮ ਹੈ ਉਹ ਕਾਮਯਾਬ ਨਹੀਂ ਹੈ ਇਹਦਾ ਫਰਸ਼ ਕਿਉਂਕਿ ਪੰਪ ਨੇ ਜਦੋਂ ਜ਼ੋਰ ਲਾਇਆ ਸਨ ਬੋਰਡ ਟੁੱਟ ਜਾਣਾ ਜਾਂ ਤਾਂ ਇਹਦੇ ਉੱਤੇ ਇੱਕ ਹੋਰ ਗਾਡਰ ਰੱਖਾਂ ਮੈਂ ਸੇਮ ਏਡਾ ਹੀ ਜਿੱਡਾ ਗਾਡਰ ਥੱਲੇ ਲਾਇਆ ਏਡਾ ਗਾਡਰ ਉੱਤੇ ਲਾ ਕੇ ਅਤੇ ਫਿਰ ਤਾਂ ਲਿਫਟ ਵਾਲਾ ਬਣ ਸਕਦਾ ਟਰਾਲਾ ਇੱਦਾਂ ਅਤੇ ਲਿਫਟ ਵਾਲਾ ਵੀ ਏਡਾ ਸੌਖਾ ਨਹੀਂ ਬਣਨਾ ਕਿਉਂਕਿ ਇੱਕ ਜੈਕ ਨਾਲ ਨਹੀਂ ਸਰਨਾ ਇਹਦੇ 'ਚ ਕਮ ਸੇ ਕਮ 3 ਜੈਕ ਲਾਉਣੇ ਪੈਣੇ ਆ ਜੇ ਫੁੱਲ ਮਿੱਟੀ ਨਾਲ ਭਰ ਕੇ ਚੱਕਣਾ ਤਾਂ ਹਾਂ ਜੇ ਉਂਝ ਖਾਲੀ ਹੀ ਚੱਕਣਾ ਫਿਰ ਤਾਂ ਇੱਕ ਪੰਪ ਨਾਲ ਵੀ ਸਰ ਸਕਦਾ ਵਧੀਆ ਕੋਈ ਚੱਕਰ ਨਹੀਂ ਗਾ ਅਤੇ ਪੇਂਟ ਕਰਨ ਵਾਲਾ ਰਹਿ ਗਿਆ ਫਰੰਟ ਵਾਲੀ ਹੁੱਕ ਅਤੇ ਵੀਲ ਮੈਂ ਸੋਚਣ ਦਿਆਂ ਕਿ ਵੀਲ 'ਤੇ ਰਹਿਣ ਦਿੰਦੇ ਵੀਲ 'ਤੇ ਆਪਣੇ ਵਾਈਟ ਹੀ ਰੱਖਾਂਗੇ ਅਤੇ ਅਗਲੀ ਜਿਹੜੀ ਹੁੱਕ ਹੈ ਅਗਲਾ ਹਿੱਸਾ ਸਾਰਾ ਉਹਨੂੰ ਦੇਖਦਾ ਉਹਨੂੰ ਪੇਂਟ ਕਰ ਦਿੰਦੇ ਆਪਾਂ ਠੀਕ ਹੈ ਇਹ ਕੰਮ ਇੱਕ ਕਰਨਾ ਪੇਂਟ ਵਾਲਾ ਕੰਮ ਵੈਸੇ ਮੈਂ ਸਵੇਰੇ ਹੀ ਕਰਾਂਗਾ ਠੀਕ ਆ ਬਾਕੀ ਇੱਕ ਪੇਂਟ ਵਾਲਾ ਕੰਮ ਮੈਂ ਕਰਤਾ ਉਹ ਦੇਖੋ ਉਹ ਖੜਾ ਜੇ ਇਹਦੇ 'ਤੇ 2-3 ਲੇਅਰਾਂ ਕਰਨੀਆਂ ਪੈਣੀਆਂ ਇੱਕ ਲੇਅਰ ਮਾਰਤੀ ਹੈ ਰਾਤੋਂ ਰਾਤ ਸੁੱਕ ਜੂਗੀ ਸਵੇਰੇ ਇੱਕ ਲੇਅਰ ਹੋਰ ਮਾਰ ਕੇ ਇਹਨੂੰ ਫਿੱਟ ਕਰ ਦਾਂਗੇ ਅਰਜਨ ਆਪਣੇ 'ਤੇ ਠੀਕ ਹੈ ਇਹਦਾ ਕੰਮ ਡਨ ਹੈ ਅਤੇ ਬਾਕੀ ਇਹਦਾ ਵੀ ਕੰਮ ਡਨ ਹੈ ਟਰਾਲੇ ਦਾ ਕੰਮ ਡਨ ਹੋ ਗਿਆ ਅਤੇ ਇਹਦੇ 'ਤੇ ਸਵੇਰੇ ਕਰਦੇ ਹਾਂ ਜੰਗੀ ਪੱਧਰ 'ਤੇ ਕੰਮ ਦੁਬਾਰੇ ਅਤੇ ਉਸ ਦੇ ਨਾਲ ਆਪਣਾ ਜਿਹੜਾ ਕਿਰਾਇਆ ਏ ਕਿਰਾਇਆ ਕਹਿੰਦੇ ਹਾਂ ਸੁਹਾਗਾ ਏ ਇਹਦੇ 'ਚ ਇੱਥੇ ਚੈਨਾਂ ਲਾਉਣੀਆਂ ਨੇ ਅਤੇ ਚੈਨ ਲਾ ਕੇ ਉਦੋਂ ਬਾਅਦ ਜਮਾਂ ਓਕੇ ਦੀ ਰਿਪੋਰਟ ਹੈ ਟਰੈਕਟਰ ਪਿੱਛੇ ਪਾ ਦਾਂਗੇ ਕੱਲ੍ਹ ਦੇਖਦੇ ਹਾਂ ਜੇ ਪਲੈਨ ਬਣ ਗਿਆ ਵੀਡੀਓ ਸ਼ੂਟ ਦਾ ਅਤੇ ਬਾਹਰ ਵੀਡੀਓ ਸ਼ੂਟ ਕਰਦੇ ਹਾਂ ਠੀਕ ਹੈ ਕੱਦੂ ਦੇ ਵਿੱਚ ਅਤੇ ਬਾਕੀ ਸਭ ਓਕੇ ਦੀ ਰਿਪੋਰਟ ਹੈ ਇੱਥੇ ਮੈਂ ਰੀਲ ਸ਼ੂਟ ਕਰਨ ਦਿਆ ਸੀਗਾ ਟਰੈਕਟਰ ਆਪਣੇ ਨਾਲ ਜਮਾਂ ਓਕੇ ਆ ਕੀ ਅੜ ਗਿਆ ਅੱਛਾ ਉੱਧਰਲੇ ਪਾਸੇ ਟਾਇਰ ਆ ਗਿਆ ਤਾਂ ਹੀ ਮੈਂ ਆਖਾਂ ਇਹ ਖਾਲੀ ਨਹੀਂ ਖਿੱਚਣ ਦਿਆ ਕੀ ਕਰੂਗਾ ਜਮਾਂ ਓਕੇ ਦੀ ਰਿਪੋਰਟ ਹੈ ਖਾਲੀ ਟਰਾਲੇ ਦਾ ਹੀ ਇੰਨਾ ਵਜ਼ਨ ਹੋ ਜਾਂਦਾ ਕਿ ਅਗਰ ਰੱਖੋ ਟ੍ਰੈਕਟਰ 'ਚ ਕਹਿੰਦਾ ਅੱਗੇ ਅਤੇ ਇੱਕ ਚੀਜ਼ ਹੋਰ ਹੈ ਵੈਸੇ ਜਦੋਂ ਐਡਜਸਟੇਬਲ ਹਿੱਸਾ ਲੱਗ ਜਾਂਦਾ ਨਾ ਉਦੋਂ ਟ੍ਰੈਕਟਰ ਦੇ ਉੱਤੇ ਵੇਟ ਜ਼ਿਆਦਾ ਹੁੰਦਾ ਹੁੱਕ ਦੇ ਉੱਤੇ ਵਜ਼ਨ ਠੀਕ ਹੈ ਕਿਉਂਕਿ ਜੇ ਤਾਂ ਡਬਲ ਟਾਇਰ ਇੱਦਾਂ ਹੀ ਲੱਗੇ ਹੁਣ ਸਿੰਪਲ ਫਿਰ ਤਾਂ ਕਾਫੀ ਹੱਦ ਤੱਕ ਜਿਹੜਾ ਵੇਟ ਹੈ ਉਹ ਦੋਨਾਂ ਟਾਇਰਾਂ 'ਚ ਬੈਲੈਂਸ ਹੋ ਜਾਂਦਾ ਠੀਕ ਹੈ ਪਰ ਜਦੋਂ ਐਡਜਸਟੇਬਲ ਹਿੱਸਾ ਲੱਗ ਜਾਂਦਾ ਉਦੋਂ ਇਹਦਾ ਸੈਂਟਰ ਪੁਆਇੰਟ ਇੱਕ ਹੀ ਰਹਿ ਜਾਂਦਾ ਸੈਂਟਰ 'ਚ ਬਸ ਇਸ ਕਰਕੇ ਨਾ ਜਿੰਨਾ ਵੀ ਵਜ਼ਨ ਫਿਰ ਐਕਸਟਰਾ ਆਉਂਦਾ ਉਹ ਸਾਰਾ ਹੁੱਕ 'ਤੇ ਆਉਂਦਾ ਯਾਨੀ ਕਿ ਪਹਿਲਾਂ ਨਾਲੋਂ ਜ਼ਿਆਦਾ ਵੇਟ ਆਊ ਕਰੂਗਾ ਹੁਣ ਤੋਂ ਹੁੱਕ ਦੇ ਉੱਤੇ ਠੀਕ ਹੈ ਬਾਕੀ ਜਿਹਨੂੰ ਸਮਝ ਆ ਗਈ ਉਹ ਕਮੈਂਟ ਜ਼ਰੂਰ ਕਰਿਓ ਕਿ ਮੈਂ ਕੀ ਕਹਿਣਾ ਚਾਹ ਰਿਹਾ ਸੀ ਇੱਥੇ ਠੀਕ ਹੈ ਕਿਉਂਕਿ ਸਾਰਿਆਂ ਨੂੰ ਸਮਝ ਵੀ ਨਹੀਂ ਆਉਣੀ ਇਹ ਚੀਜ਼ ਅਤੇ ਫਿਲਹਾਲ ਹੁਣ ਆਪਾਂ ਕਰ ਦਈਏ ਬੰਦ ਪਾਵਰ ਕਰ ਦਈਏ ਔਫ ਅਤੇ ਅੱਜ ਦਾ ਵਲੋਗ ਵੀ ਇੱਥੇ ਕਰ ਦਈਏ ਔਫ ਠੀਕ ਹੈ ਮੁੰਡਿਓ ਮਿਲਦੇ ਹਾਂ ਸਵੇਰੇ ਨਵੇਂ ਵਲੋਗ 'ਚ ਆਹ ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਟਰਾਲੇ ਦਾ ਦੱਸਿਓ ਕਿ ਸਿਸਟਮ ਕਿੱਦਾਂ ਦਾ ਲੱਗਾ ਤੁਹਾਨੂੰ ਲੁੱਕ ਤਾਂ ਨਹੀਂ ਮੈਂ ਕਹਿੰਦਾ ਕਿਉਂਕਿ ਲੁੱਕ ਤਾਂ ਸੇਮ ਹੀ ਆ ਜ਼ਿਆਦਾ ਕੋਈ ਚੇਂਜ ਨਹੀਂ ਹੋਇਆ ਬਸ ਉਹ ਐਡਜਸਟੇਬਲ ਸਿਸਟਮ ਅਤੇ ਹੁੱਕ ਵਗੈਰਾ ਦੱਸ ਦਿਓ ਕਿੱਦਾਂ ਦੀ ਲੱਗ ਰਹੀ ਹੈ ਠੀਕ ਹੈ ਅਤੇ ਚਲੋ ਮਿਲਦੇ ਹਾਂ ਫਿਰ ਸਵੇਰੇ ਸਵੇਰੇ ਹੋ ਸਕਦਾ ਕੰਬਾਈਨ ਲੱਗੇ ਅਤੇ ਅਰਜਨ ਦੇ ਵਲੋਗ ਆਉਣਗੇ ਠੀਕ ਹੈ ਮੁੰਡਿਓ ਓਕੇ ਬਾਏ ਟਾਟਾ।